ਵਾਹਿਗੁਰੂ ਜੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਰ ਹਰ ਜਨ ਏਕ ਹੈ ਬਿਵ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ ਤਨ ਤਨ ਗਰੀਬ ਨੂੰ ਆਜ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਦੀ ਚਰਨ ਕਮਲ ਛੋਹ ਪਾਵਨ ਧਰਤੀ 'ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਵਿੱਚ ਮਹਾਨ ਤਪਸਵੀ ਸੇਵਾ ਦੇ ਪੰਜ ਮਹਾਂਪੁਰਸ਼ ਸੰਤ ਬਾਬਾ ਫਤਿਹ ਸਿੰਘ ਜੀ ਚੌਥੀ ਯਾਦ ਵਿੱਚ ਹਾਜ਼ਰ ਮਹਾਨ ਵਿਦਵਾਨ ਤਖ਼ਤ ਸਾਹਿਬਾਂ ਦੇ ਸਿੰਘ ਸਾਹਿਬਾਨ ਮਹਾਂਪੁਰਸ਼ ਰੰਧਾਵੇ ਵਾਲੇ ਪਹਿਲਾਂ ਬੋਲ ਕੇ ਗਏ ਨੇ ਉਪਰੰਤ ਦਲਪੰਥ ਦੇ ਮਹਾਨ ਸਿੰਘ ਸਾਹਿਬ ਮਹਾਨ ਸ਼ਖਸੀਅਤਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੁਸ਼ੋਭਿਤ ਨੇ। ਮੇਰੇ ਕਹਿਣ ਤੋਂ ਭਾਵ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮੁਖੀ ਦਲਪੰਥ ਬਾਬਾ ਵਿਧੀ ਚੰਦ ਸਾਹਿਬ ਅਤਿ ਸਤਿਕਾਰਯੋਗ ਸਿੰਘ ਸਾਹਿਬ ਸੰਤ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਸਿੰਘ ਸਾਹਿਬ ਜਹੇਦਾਰ ਬਾਬਾ ਗੁਰਦੇਵ ਸਿੰਘ ਜੀ ਹੁਸ਼ਿਆਰਪੁਰ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਵਿੱਚੋਂ ਬੜੀ ਮਹਾਨ ਸੋਝੀ ਰੱਖਣ ਵਾਲੇ ਗੁਰਮੁਖ ਪਿਆਰੇ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਹੋਰ ਸਾਰੀਆਂ ਬੇਅੰਤ ਸ਼ਖਸੀਅਤਾਂ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰ ਰਹੀਆਂ ਨੇ। ਮੈਂ ਇਹਨਾਂ ਸਾਰੇ ਮਹਾਂਪੁਰਸ਼ਾਂ ਦਾ ਸ਼ਹੀਦੀ ਬਾਗ ਵਾਲੇ ਬਾਬਾ ਅਵਤਾਰ ਸਿੰਘ ਸਾਹਿਬ ਜੀ ਬਾਬਾ ਗੁਰਦੇਵ ਸਿੰਘ ਜੀ ਹੁਸ਼ਿਆਰਪੁਰ ਵਾਲੇ ਸਾਡੇ ਇਲਾਕੇ 'ਚ ਆਉਣ 'ਤੇ ਇਹਨਾਂ ਮਹਾਂਪੁਰਸ਼ਾਂ ਨੂੰ ਬਹੁਤ ਬਹੁਤ ਜੀਆਂ ਨਮਸਕਾਰ ਕਰਦੇ ਹਾਂ। ਸਤਿਸੰਗਤ ਜੀ, ਸੰਤ ਬਾਬਾ ਫਤਿਹ ਸਿੰਘ ਜੀ ਦੀ ਮਹਿਮਾ ਅਥਵਾ ਗੁਰਮਤਿ ਦੇ ਬਚਨ ਸਵੇਰ ਤੋਂ ਲੈ ਕੇ ਸੁਣਦੇ ਆ ਰਹੇ ਹਾਂ। ਪੰਜ ਮਿੰਟ ਨੇ, ਦੋ ਹੋ ਗਏ ਨੇ, ਦੋ ਹੋਰ ਲਾਉਣੇ ਨੇ ਮਹਿਮਾ ਦੇ ਵਿੱਚ। ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ। ਪਹਿਲੇ ਸਮੇਂ ਵਿੱਚ ਸਾਧੂ ਲੋਕ ਤਪ ਕਰਦੇ ਸਨ, ਧੂਣੀਆਂ ਪੰਜ ਲਾ ਕੇ ਅਤੇ ਫਿਰ ਵਿੱਚ ਬੈਠ ਜਾਣਾ। ਗਰਮੀ ਦੇ ਮਹੀਨੇ ਵਿੱਚ ਤਪ ਇਸ ਪ੍ਰਕਾਰ ਹੁੰਦਾ ਸੀ। ਅਤੇ ਅੱਜ ਕੱਲ੍ਹ ਸਰਦੀ ਦੇ ਸਮੇਂ ਜਲਧਾਰੇ ਕਰਨੇ, ਜਲਧਾਰੇ ਇਸ ਪ੍ਰਕਾਰ ਹੁੰਦੇ ਸਨ ਵੀ ਇਸ ਤਾਂ ਕਿ 100 ਘੜਾ ਜਲ ਦਾ ਮੰਗਾ ਕੇ ਰੱਖ ਲੈਣਾ, ਫਿਰ ਉਹਦੇ 'ਚ ਘੜੇ 'ਚ ਸਰਾਖ ਕੱਢ ਲੈਣਾ, ਉਹਦੇ ਵਿੱਚ ਥੱਲੇ ਹੋ ਜਾਣਾ, ਹੌਲੀ ਹੌਲੀ ਉਹ ਪਾਣੀ ਸਿਰ 'ਚ ਪਈ ਜਾਣਾ, ਜਲਧਾਰਾ ਕਹਿੰਦੇ ਸਨ। ਮਹਾਨ ਕਠਿਨ ਤਪੱਸਿਆ ਸੀ, ਹਠ ਯੋਗ, ਇਹਨੂੰ ਹਠ ਯੋਗ ਲਿਖਿਆ ਵਿਦਵਾਨਾਂ ਨੇ। ਉਹਨਾਂ ਸਾਰਿਆਂ ਤੋਂ ਹੀ ਮਹਾਨ ਜਿਹੜੀ ਤਪੱਸਿਆ ਹੈ ਗੁਰੂ ਕੀ ਸੇਵਾ ਹੈ। ਗੁਰ ਕੀ ਸੇਵਾ ਤਪਾਂ ਸਿਰ ਤਪਸਾਰ, ਐਸੀ ਸੇਵਾ ਕਰਨ ਵਾਲੇ ਸਨ ਮਹਾਂਪੁਰਸ਼ ਬਾਬਾ ਫਤਿਹ ਸਿੰਘ ਸਾਹਿਬ ਜੀ, ਜਿਹਨਾਂ ਨੇ ਅਨੇਕਾਂ ਗੁਰੂ ਘਰਾਂ ਦੀ ਸੇਵਾ ਕੀਤੀ। ਉਧਾਰ ਇਤਨੇ ਸਨ ਅਤੇ ਜਿਵੇਂ ਸੰਤ ਪ੍ਰਦੀਪ ਸਿੰਘ ਹੋਰੀ ਬੋਰੇ ਵਾਲੇ ਸਾਨੂੰ ਦੱਸ ਕੇ ਗਏ ਆ, ਅਤੇ ਦੀਰਘ ਦ੍ਰਿਸ਼ਟੀ ਦੇ ਮਾਲਕ ਵੀ ਸਨ।
ਇੱਥੇ ਆਉਣ ਜਾਣ ਕਾਫੀ ਸੀ, ਸੰਪਰਦਾਵਾਂ ਨਾਲ ਸਾਰਿਆਂ ਨਾਲ ਹੀ ਪਿਆਰ, ਪਿੰਡਰਾਂ ਦੇ ਨੇੜੇ ਹੋਣ ਕਰਕੇ ਤਾਂ ਮਹਾਂਪੁਰਸ਼ਾਂ ਨਾਲ ਬਹੁਤ ਆਉਣ ਜਾਣ ਸੀ। ਨਿਹੰਗ ਸਿੰਘ ਫੌਜਾਂ ਦਾ ਬੜਾ ਹੀ ਸਤਿਕਾਰ ਕਰਦੇ ਸਨ, ਕਹਿੰਦੇ ਗੁਰੂ ਕਾ ਸਰੂਪ ਆ ਗਿਆ, ਆਮ ਆਉਂਦਾ ਜਾਂਦਾ ਰਹਿੰਦਾ ਸੀ। ਇੱਕ ਮੈਨੂੰ ਪੁਰਾਣੀ ਉਹ ਛੋਟੀ ਜਿਹੀ ਗੱਲ ਦੱਸਦੇ ਹੁੰਦੇ ਸਨ ਮਹਾਂਪੁਰਸ਼ ਬਾਬਾ ਤੇਜਾ ਸਿੰਘ ਜੀ, ਨਿਹੰਗ ਸਿੰਘ ਸਾਹਿਬ ਮਹਿਰੋਂ ਵਾਲੇ, ਉਹਨਾਂ ਬਾਰੇ। ਉਹ ਮਹਾਂਪੁਰਸ਼ ਮਨਾਵੇਂ ਪਾਤਸ਼ਾਹਾਂ ਕੋਲ ਪੜ੍ਹਦੇ ਸਨ, ਪੁਰਾਣਾ ਭਜਨ ਸੀ ਮੇਰੇ ਜਨਮ ਤੋਂ ਪਹਿਲਾਂ ਦਾ। ਅਤੇ ਉਹ ਮਹਾਂਪੁਰਸ਼ ਉੱਥੋਂ ਜਰਾ ਕੇ ਇੱਥੇ ਆ ਗਏ ਕੁਛ ਸਮਾਂ ਇਹਨਾਂ ਕੋਲ, ਕਹਿੰਦੇ ਫਿਰ ਉਹਨਾਂ ਨੂੰ ਅਸੀਂ ਉਹ ਵਿਵੇਕ ਦਾ ਪਹਿਰਾ ਸੀ, ਆਪਣਾ ਗੁਫਾ ਆਪਣੇ ਆਪੇ ਬਣਾਉਂਦੇ ਸਨ, ਤਿਆਰ ਕਰਦੇ ਸਨ। ਅਸੀਂ ਕਹਿੰਦੇ ਉਹਨੂੰ ਗਾਂ ਦੇ ਦਿੱਤੀ, ਗਾਂ ਵੀ ਆਪਣੀ ਧਾਰ ਆਪੇ ਕੱਢੋ, ਵੇਖ ਕੇ ਨਾ ਜਿਹੋ ਜਿਹਾ ਕੋਈ ਸਾਧੂ ਆਉਂਦਾ ਉਹ ਜਿਹਦੀ ਸੇਵਾ 'ਚ ਹਾਜ਼ਰ ਹੋ ਜਾਂਦੇ ਸਨ। ਇਸ ਪ੍ਰਕਾਰ ਕਈ ਭਜਨ ਸੁਣਾਉਣੇ। ਅਤੇ ਗੁਰਦੇਵ ਸਿੰਘ ਹੋਰੀ ਮਨਾਵੇ ਵਾਲੇ ਉਹਨੇ ਦੱਸ ਕੇ ਗਏ ਨੇ ਵੀ ਹੀਰਾ ਆਇਆ ਉਹਨਾਂ ਦੀ ਥਾਂ। ਗਿਆਨੀ ਗੁਰਮੀਤ ਸਿੰਘ ਹੋਰਾਂ ਬਾਰੇ ਕਹਿ ਰਹੇ ਸਨ ਵੀ ਵਿਦਵਾਨ ਹੈ, ਅਤੇ ਸਿੰਘ ਸਾਹਿਬ ਨੇ ਵੀ ਕਿਹਾ ਇਹਨਾਂ ਨੇ ਪੰਜਵੀਂ ਰੁੱਤ ਦਾ ਜੋ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉਹਦਾ ਜੋ ਟੀਕਾ ਕੀਤਾ। ਇਹਦੇ ਹੀਰੇ ਬਾਰੇ ਮੈਂ ਗੱਲ ਕਰਨੀ ਹੈ। ਮਹਾਂਪੁਰਸ਼ ਆਪ ਮਹਾਨ ਸਨ, ਉਹਨਾਂ ਦੀ ਸਤਸੰਗ ਮਹਿਮਾ ਉਹਨਾਂ ਨੂੰ ਹੀ ਬਣਾਉਂਦੀ ਹੈ, ਬਾਬੇ ਫਤਿਹ ਸਿੰਘ ਹੋਰਾਂ ਦੀ। ਅਤੇ ਜਿਹੜਾ ਉਹ ਇੱਕ ਆਪਣੇ ਹੱਥੀਂ ਸਾਨੂੰ ਹੀਰਾ ਤਰਾਸ਼ ਕੇ ਦੇ ਗਏ ਨਾ, ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹਵਾਂ। ਜਿਹੜੀ ਜਗ੍ਹਾ ਤੋਂ ਆਏ ਨਾ ਬੋਪਾ ਰਾਏ ਤੋਂ, ਸੰਤ ਸੁੰਦਰ ਸਿੰਘ ਜੀ ਮਹਾਂਪੁਰਸ਼, ਉਹਨਾਂ ਦਾ ਸਥਾਨ ਸੱਚਖੰਡ ਬੋਪਾ ਰਾਏ। ਅਤੇ ਸੰਤਾਂ ਤੋਂ ਬਾਅਦ ਜਥੇ ਦੀ ਸੇਵਾ ਸੀ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਕੋਲ, ਅਤੇ ਉਸ ਸਥਾਨ ਦੀ ਬੋਪਾ ਰਾਏ ਦੀ ਸੇਵਾ ਸੰਭਾਲ ਜਾਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਰਹਿ ਕੇ ਉੱਥੋਂ ਦੇ ਮੁਖੀ ਸਨ ਜਥੇਦਾਰ ਗੁਰਦਿਆਲ ਸਿੰਘ ਜੀ ਮਹਾਂਪੁਰਸ਼ ਬ੍ਰਹਮਵਰਸਾ ਵਾਲੇ। ਅਤੇ ਉਹਨਾਂ ਦੀ ਪੜ੍ਹਾਈ ਜਿਹੜੀ ਸਾਧ ਸਿੰਘ ਜੀ, ਪਿਛਲੇ ਦਿਨਾਂ 'ਚ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲਿਆਂ ਨੇ ਉਹ ਥੋੜ੍ਹਾ ਜਿਹਾ ਨਾ ਉਹ ਆਪਣੇ ਬਚਨ ਪਾਏ ਨੇ ਨੈੱਟ 'ਤੇ, ਮੈਨੂੰ ਸਿੰਘਾਂ ਨੇ ਸੁਣਾਏ, ਕਹਿੰਦੇ ਤੁਸੀਂ ਬੋਪਾ ਰਾਏ ਦੀ ਗੱਲ ਕਰਦੇ ਹੋ, ਸਾਨੂੰ ਬੋਪਾ ਰਾਏ ਨਾਲ ਬਹੁਤ ਪਿਆਰ ਹੈ। ਬਾਬਾ ਤੇਜਾ ਸਿੰਘ ਨਿਹੰਗ ਸਿੰਘ ਸਾਹਿਬ ਜੀ ਬੋਪਾ ਰਾਏ ਮਹਾਂਪੁਰਸ਼ਾਂ ਦੇ, ਉਹਨਾਂ ਦੇ ਗੁਰਦਿਆਲ ਸਿਰਾਂ ਦੇ ਬਹੁਤ ਹੀ ਪਿਆਰੇ ਵਿਦਿਆਰਥੀ ਸਨ। ਉਹਨਾਂ ਤੋਂ ਆਦ ਅਤੇ ਦਸਮ ਦੀ ਸੰਥਾ ਕੀਤੀ ਕਥਾ ਫਿਰ ਜੱਥੇ ਵਿੱਚੋਂ। ਤਾਂ ਉਹ ਜਿਹੜੇ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ ਵਾਲੇ ਮਹਾਂਪੁਰਸ਼ ਸਨ, ਉਹਨਾਂ ਦੀ ਪੜ੍ਹਾਈ ਜਿਹੜੀ ਹੋਈ ਸਤ ਸਿੰਘ ਜੀ, ਉਹਨਾਂ ਅਤੇ ਨਹਿਰੂ ਨੇ ਅਤੇ ਉਹਨੇ ਇਕੱਠੇ ਮਹਾਂਪੁਰਸ਼ਾਂ ਨੇ ਇੰਗਲੈਂਡ 'ਚ ਪੜ੍ਹਾਈ ਕੀਤੀ ਸੀ। ਥੋੜ੍ਹੇ ਦਿਨ ਹੋਏ ਗਿਆਨੀ ਪੂਰਨ ਸਿੰਘ ਉਹਨਾਂ ਨੇ ਇਹ ਬਚਨ ਪਾਏ ਨੇ। ਇਤਨੇ ਮਹਾਨ ਵਿਦਵਾਨ ਸਨ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ। ਫਿਰ ਨਾਭੇ ਦੇ ਵਜ਼ੀਰ ਰਹੇ ਮਹਾਰਾਜਾ ਰਵਦਮਨ ਸਿੰਘ ਦੇ ਨਾਲ ਇੰਗਲੈਂਡ ਵੀ ਗਏ ਸਨ ਉਸ ਸਮੇਂ। ਵਜ਼ੀਰੀ ਛੱਡ ਕੇ ਅਤੇ ਸਾਧ ਸਿੰਘ ਜੀ ਫਕੀਰੀ ਧਾਰਨ ਕੀਤੀ, ਜਿਨ੍ਹਾਂ ਨੇ ਇਸੇ ਮਹਾਨ ਵਿਰਾਗ ਤਿਆਗ ਦੀ ਮੂਰਤ ਉਸ ਸਥਾਨ ਤੋਂ ਗਿਆਨੀ ਗੁਰਮੀਤ ਸਿੰਘ ਹੋਰਾਂ ਨੇ ਸੰਤਾਂ ਨੇ ਵਿੱਦਿਆ ਗ੍ਰਹਿਣ ਕੀਤੀ, ਤਪ ਦਾ ਘਰ ਆ ਨਰਾਈ। ਅਤੇ ਐਸੇ ਹੋਣੇ ਸਨ ਸਾਧ ਸਿੰਘ ਜੀ, ਐਸੀ ਜਗ੍ਹਾ ਤੋਂ ਆਏ ਅਤੇ ਫਿਰ ਜਿਹੋ ਜਿਹਾ ਮਣਕਾ ਸੀ ਉੱਥੇ ਕਹਿੰਦੇ ਪਰੋਇਆ ਗਿਆ ਹੈ। ਵੱਡੀ ਖੁਸ਼ੀ ਵਾਲੀ ਗੱਲ ਇਹ ਆ ਵੀ ਮਹਾਂਪੁਰਸ਼ ਆਪਣੇ ਹੁੰਦਿਆਂ ਸਾਰੀ ਸੇਵਾ ਸੰਭਾਲ ਕਰ ਗਏ ਨੇ। ਅਤੇ ਹੋਰ ਜੋ ਰੰਗ ਲੱਗੇ ਨਾ ਇੱਥੇ, ਪਹਿਲਾਂ ਸੰਤ ਮਹਾਂਪੁਰਸ਼ ਸੇਵਾ ਸਿਮਰਨ ਕਰਵਾਉਂਦੇ ਸਨ, ਇਸ ਅਸਥਾਨ ਦੀ ਮੰਗ ਸੀ, ਇਲਾਕੇ ਦੀ ਮੰਗ ਸੀ ਵੀ ਕੋਈ ਵਿਦਵਾਨ ਵੀ ਜਿਹੜਾ ਵਿੱਦਿਆ ਦਾ ਮਹਾਨ ਪਸਾਰਾ ਉੱਥੇ ਹੋਵੇ, ਉਹ ਵੀ ਹੋ ਰਿਹਾ ਹੈ। ਸੋ ਧੰਨ ਹਨ ਸੰਤ, ਉਹਨਾਂ ਤੋਂ ਭਰੋਸਾ ਹੈ। ਸੰਤ ਧੰਨ ਸਨ ਆਪ, ਇਹੋ ਜਿਹੇ ਸੰਤਾਂ ਨੂੰ ਸਾਧ ਸਿੰਘ ਜੀ ਗੁਰਬਾਣੀ ਵਿੱਚ ਇਹ ਕਿਹਾ ਹੈ ਬਈ ਅਸੀਂ ਨਿੱਤ ਬਚਨ ਪੜ੍ਹਦੇ ਹਾਂ ਕੀਰਤਨ ਸੋਹਲੇ ਦੀ ਬਾਣੀ ਵਿੱਚ, ਮਹਾਂਪੁਰਸ਼ ਬਾਬਾ ਫਤਿਹ ਸਿੰਘ ਹੋਰਾਂ ਦਾ ਸਤਿਕਾਰ ਬਾਣੀ ਦੁਆਰਾ, ਇਹੋ ਜਿਹੇ ਸਾਰੇ ਮਹਾਂਪੁਰਸ਼ਾਂ ਦਾ ਵੀ ਇਹਨਾਂ ਦਾ ਸਤਿਕਾਰ ਕਿਵੇਂ ਕਰਾਂਗੇ, ਸਾਡੇ ਪੁੰਨ ਕਿਵੇਂ ਬਣਨੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਦੂਰੋਂ ਆਉਂਦੇ ਸੰਤ ਦੇਖ ਲਈਏ ਦੂਰੋਂ ਸਤਿਕਾਰ ਕਰਦੀਆਂ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਦੂਰੋਂ ਉਹਨਾਂ ਦਾ ਸਤਿਕਾਰ ਕਰਦੀ ਹੱਥ ਜੋਣ ਕੇ
ਬਹੁਤ ਵੱਡੇ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਹੋਰ ਵੱਡੇ ਪੁੰਨ ਬਣਾਉਣੇ ਚਾਹੁੰਦਾ ਪ੍ਰਾਣੀ ਤੂੰ ਫਿਰ ਇਹਨਾਂ ਨੂੰ ਨਮਸਕਾਰ ਕਰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਐਸੇ ਡੰਡੋਤ ਕਰਨ ਯੋਗ ਸਨ ਮਹਾਨ ਤਪੱਸਵੀ ਸੰਤ ਬਾਬਾ ਫਤਿਹ ਸਿੰਘ ਜੀ ਸਤਿਸੰਗ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਹੀ ਹੁੰਦੇ ਨੇ ਕਿ ਉਹਨਾਂ ਦੇ ਜ਼ਿੰਦਗੀ ਦੇ ਕੁਛ ਜੀਵਨ ਦੇ ਕੁਛ ਜਿਹੜੇ ਕਿਣਕੇ ਸਾਡੇ 'ਤੇ ਪੈ ਜਾਣ ਸ਼ੁਭਕਰਮੀ ਸਾਡਾ ਜਿਹੜਾ ਜੀਵਨ ਸਫਲਾ ਹੋ ਸਕੇ ਇਤਨੀਆਂ ਕਮੇਨੀਆਂ ਬੇਨਤੀਆਂ ਕਰਦਾ ਖਿਮਾਂ ਦਾ ਜਾਚਕਾਂ ਜੀ ਭੁੱਲਾਂ ਚੁਕਾਂ ਚੁੱਕਾਂ ਦੀ ਖਿਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਅਤਿ ਸਤਿਕਾਰਯੋਗ ਸਨਮਾਨਯੋਗ ਸੰਤ ਗਿਆਨੀ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਜੋ ਕਿ ਇਸ ਇਲਾਕੇ ਦੇ ਅੰਦਰ